ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਲਾਲਜੀਤ ਸੰਘਾਪੂਲਰ ਦੇ ਵੱਲੋਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਚ ਕਰੀਬ 121 ਕਰੋੜ ਰੁਪਏ ਦਾ ਵੱਡਾ ਕਾਫਲਾ ਬੇਨਕਾਬ ਪੰਜਾਬ ਦੇ ਪਿੰਡ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸੰਘਾ ਭੁੱਲਰ ਨੇ ਕੱਲ ਵਿਭਾਗ ਦੇ ਵਿੱਚ ਕਰੀਬ 121 ਕਰੋੜ ਰੁਪਏ ਦਾ ਵੱਡਾ ਕਪਲਾ ਬੇਨਕਾਬ ਕੀਤਾ ਹੈ। ਉਹਨਾਂ ਸਖਤ ਰੋਕ ਅਪਣਾਉਂਦੇ ਜਿੱਥੇ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਰਜੰ데 ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ ਨੂੰ ਤੁਰੰਤ ਚਾਰਜ ਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਉੱਥੇ ਹੀ ਕਪਲੇ ਦੀ ਅਗਲੇਰੀ ਜਾਂਚ ਵਿਜੀਲੈਂਸ ਬਿਰ ਨੂੰ ਸੰਪੰਨ ਲਈ ਕਿਹਾ ਹੈ। ਕੈਬਨਟ ਮੰਤਰੀ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਬਲੋ ਪ੍ਰਹਾਟਾਚਾਰ ਦੇ ਵਿਰੋਧ ਨਾ ਬਰਦਾਸ਼ਤ ਯੋਗ ਨੀਤੀ ਅਪਣਾਈ ਗਿਆ ਜਿਸ ਤਹਿਤ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਚ ਇਹ ਸਭ ਤੋਂ ਵੱਡਾ ਕਪਲਾ ਜਗ ਜाहिर ਕੀਤਾ ਗਿਆ ਹੈ। ਲਾਲਜੀਤ ਸੰਘਾਪੁੱਲਨ ਦੱਸਿਆ ਹੈ ਕਿ ਬਲਾਕ ਲੁਧਿਆਣਾ ਦੋ ਅਧਿਨਾ ਪਿੰਦੇ ਪਿੰਡ ਸਲੇਮਪਰਾ ਸਿੱਖੇਬਾਲ ਸਿਲਕਿਆਣਾ ਬੌਂਕੜ ਗੁਜਰਾ ਕੜਿਆਣਾ ਖੁਰਦਾ ਅਤੇ ਤਾਨਾ ਨਾ ਸੂਦੀ ਸੈਂਕੜੇ ਏਕੜ ਜ਼ਮੀਨ ਐਕਵਾਇਰ ਹੋਣ ਤੇ ਇਨ੍ਹਾਂ ಗ್ರಾಮ ਪੰਚਾਇਤਾਂ ਨੂੰ 252.94 ਕਰੋੜ ਰੁਪਏ ਦੀ ਅਵਾਰਡ ਰਾਸ਼ੀ ਪ੍ਰਾਪਤ ਹੋਈ ਸੀ ਪਰ ਵਿਭਾਗ ਦੇ ਕੁਝ ਭ੍ਰਸ਼ਟ ਅਫਸਰਾਂ ਅਤੇ ਕਰਮਚਾਰੀਆਂ ਦੇ ਵੱਲੋਂ ਸਰਪੰਚਾਂ ਦੇ ਨਾਲ ਰਲ ਮਿਲ ਕੇ ਇਹ ਸਾਰੀ ਰਕਮ ਵਿੱਚ 120.87 ਕਰੋੜ ਰੁਪਏ ਕਢਾ ਲਏ ਗਏ ਹੁਣ ਸਾਰੀ ਜਾਣਕਾਰੀ ਵਿਜੀਲੈਂਸ ਬਿਊਰੋ ਨੂੰ ਸੰਪੰਦਿ ਹੋਕਮ ਦਿੱਤੇ ਗਏ ਹਨ ਆਗਲੀ ਖਬਰ ਹੈ ਪੰਜਾਬ ਸਰਕਾਰ 2300 ਕੋਚ ਖੇਡ ਵਿਭਾਗ ਦੇ ਵਿੱਚ ਕਰਨ ਜਾਰੀਆ ਭਰਤੀ ਮੰਤਰੀ ਮੀਤ ਹੇਰ ਨੇ ਕੀਤਾ ਵੱਡਾ ਐਲਾਨ ਪੰਜਾਬ ਸਰਕਾਰ ਦੇ ਵੱਲ ਜਿੱਥੇ ਖੇਡਾਂ ਵਤਨ ਪੰਜਾਬ ਦਿਨਾਂ ਦੇ ਰਾਹੀਂ ਖੇਡ ਸੱਭਿਆਚਾਰ ਨੂੰ ਮੋੜਾ ਪੰਜਾਬ ਦਾ ਹਿੱਸਾ ਬਣਾਇਆ ਜਾ ਰਿਹਾ ਤੇ ਉੱਥੇ ਹੀ ਨਾਲ ਹੀ ਸਰਕਾਰ ਦੇ ਵੱਲੋਂ ਖੇਡਾਂ ਦੇ ਖੇਤਰ ਦੇ ਵਿੱਚ ਕੀਤੀ ਗਈ ਪਹਿਲਾਂ ਨਾਲ ਉਹੜੇ ਆਰੰਗਾਨ ਨੂੰ ਵੀ ਵੱਡਾ ਫਾਇਦਾ ਹੋਣ ਜਾ ਰਿਹਾ ਤੇ ਇਸ ਗੱਲ ਦਾ ਪ੍ਰਗਟਾਵਾ ਕੈਬਨਟ ਮੰਤਰੀ ਗਰਮੀਤ ਸੰਘਮੀਤ ਇਹ ਨੇ ਕੱਲ ਬਰਨਾਲਾ ਦੇ ਲਾਲ ਬਹਾਦਰ ਸ਼ਾਸਤਰੀ ਕਾਲਜ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਆ ਮੁਕਾਬਲੇ ਨੇ ਵਿੱਚ ਸ਼ਿਰਕਤ ਕਰਦਿਆਂ ਕੀਤਾ ਉਹਨਾਂ ਦੱਸਿਆ ਕਿ ਪੰਜਾਬ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਹੰਗ ਜੋ ਵਿਖੇ ਸੰਪੰਨ ਹੋਇਆ ਏਸ਼ੀਆਨਾ ਗੇਮਜ਼ ਵਿੱਚ ਆ ਭਾਰਤ ਨੇ ਖਿਡਾਰੀਆਂ ਨੇ ਜਿੱਥੇ ਆਪਣਾ ਹੁਣ ਤੱਕ ਦਾ ਸਰਬਉੱਤਮ ਪ੍ਰਦਰਸ਼ਨ ਕਰਦਿਆਂ 28 ਸੋਨੇ 38 ਚਾਂਦੀ ਅਤੇ 41 ਕਾਂਸੀ ਦੇ ਤਗਮਿਆਂ ਦੇ ਨਾਲ ਕੁੱਲ 107 ਤਗਮੇ ਜਿੱਤ ਕੇ ਤਗਮਾ ਸੂਚੀ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ ਉੱਥੇ ਹੀ ਪੰਜਾਬ ਦੇ 33 ਖਿਡਾਰੀਆਂ ਨੇ ਵੀ ਏਸ਼ੀਅਨ ਗੇਮ ਜਾਦੇ 72 ਵਰਿਆਂ ਦੇ ਸਾਰੇ ਰਿਕਾਰਡ ਤੋੜਦੇ ਅੱਠ ਸੋਨੇ ਦੇ 6 ਚਾਂਦੀ ਤੇ 5 ਕਾਂਸੀ ਦੇ ਤਗਮਿਆਂ ਦੇ ਨਾਲ ਕੁੱਲ 19 ਤਗਮੇ ਜਿੱਤੇ ਹਨ ਅਗਲੇ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮੁੱਗਰ ਵਿੱਚ ਜਾਂ ਮਾਈਨਿੰਗ ਵਾਲੀ ਥਾਂ ਤੇ ਪੁਲਿਸ ਦਾ ਛਾਪਾ 6 ਟਰੈਕਟਰਾਂ ਟਰਾਲੀਆਂ ਕੀਤੀਆਂ ਜ਼ਬਤ ਮੋਗਾ ਦੇ ਧਰਮਕੋਟਾ ਲੱਕਰ ਵਿੱਚ ਪੁਲਿਸ ਨੇ ਦਰਿਆ ਦੇ ਕੰਢੇ ਮਾਈਨਿੰਗ ਕਾਰੀਆਂ ਛੇ ਟਰੈਕਟਰ ਟਰਾਲਨ ਕਾਬੂ ਕੀਤਾ ਪੁਲਿਸ ਨੇ ਇਹਨਾਂ ਦੇ ਮਾਲਕਾਂ ਦੇ ਖਿਲਾਫ ਮਾਈਨਿੰਗ ਐਕਟ ਸਮੇਤ ਬਕਵਾਕ ਧਰਮ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਧਰਮਕੋਟ ਦੇ ਐਸ ਐਚ ਓ ਜਸਵਿੰਦਰ ਸਿੰਘ ਨੂੰ ਦੱਸਿਆ ਇੱਕ ਗੋਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਦਰਿਆ ਦੇ ਕੰਢੇ ਮਾਈਨਿੰਗ ਕਾਰੀਆਂ ਤੇ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਜਾਲਬੇ ਸ਼ਾਕੇ ਸ਼ਾਪੇਮਾਰੀ ਕੀਤੀ ਜਿੱਥੋਂ 6 ਟਰੈਕਟਰ ਟਰਾਲੀਆਂ ਬਰਾਮਦ ਹੋਈਆਂ ਪੁਲਿਸ ਨੇ ਐਸਾ ਮਾਮਲੇ ਦੇ ਵਿੱਚ ਟਰੈਕਟਰ ਐ ਟਰਾਲੀ ਦੇ ਮਾਲਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਤਲਜਾ ਦਰਿਆ ਦੇ ਕੰਢੇ ਤੇ ਗਸ਼ਤ ਪਧਾਰ ਰਹੀ ਹੈ ਕਿਉਂਕਿ ਮੈਨੂੰ ਹਰ ਰੋਜ਼ ਜੰਗਾ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ ਸ਼ੁਕਰ ਬਾਣੂ ਵੇ ਪੰਜਾਬ ਪੁਲਿਸ ਨੇ ਇਸੇ ਸ਼ਿਕਾਇਤੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੇ ਵਾਹਨ ਜਬਤ ਕਰ ਲਏ ਸੰਤੈ ਇਸ ਮੌਕੇ ਦੇ ਵਿੱਚ ਪੁਲਿਸ ਨੇ 4 ਟਰਾਲੀ ਮਾਲਕਾਂ ਨੂੰ ਜੁਰਮਾਨਾ ਕੀਤਾ ਹੈ ਤੇ ਦੋਧੇ ਖਿਲਾਫ ਕੇਸ ਦਰਜ ਕੀਤਾ ਹੈ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਸ਼ੀ ਤਰਾਂਤ ਜਾਰੀ ਕਰੇ ਐਡਵੋਕੇਟ ਧਾਮੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਚੱਲ ਰਹੇ ਪ੍ਰਮੁੱਖ ਵਿਦਿਅਕ ਅਦਾਰਿਆਂ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਡ ਯੂਨੀਵਰਸਿਟੀ ਫਤਗੜ੍ਹ ਸਾਹਿਬ ਸਮੇਤ ਹੋਰ ਸਮੂੱਚੀਆਂ ਸੰਸਥਾਵਾਂ ਦੇ ਵਿੱਚੋਂ ਵਿੱਦਿਆ ਪ੍ਰਾਪਤ ਕਰੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਬਕਾਇਆ ਪਈ ਕਰੋੜਾਂ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਲਈ ਆਖਿਆ ਗਿਆ ਹੈ ਐਡਵੋਕੇਟ ਆ ਤੁਮਨੇ ਕਾਕੇ ਪੰਜਾਬ ਸਰਕਾਰ ਨੇ ਅਕਾਦਮਿਕ ਸੈਸ਼ਨਾਂ 2017-18 2018-19 ਅਤੇ 2019-20 ਲਈ ਬਕਾਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਸ਼ੀ ਦਾ 40% ਹਿੱਸਾ ਤੁਰੰਤ ਜਾਰੀ ਕਰਨ ਦੇ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉਪੇ ਨਾਜ਼ਰ ਅੰਦਾਜ਼ ਕੀਤਾ ਤੇ ਹਜੇ ਤੱਕ ਕਈ ਸੰਸਥਾਵਾਂ ਨੂੰ ਅਜਾਹੀ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਗੈਰ ਸੰਜੀਦਗੀ ਇਥੋਂ ਇਸਾ ਤੱਥ ਤੋਂ ਝਲਕਦੇ ਆ ਕਿ 13 ਅਗਸਤ 2023 ਤੋਂ ਬਾਅਦ ਅੱਜ ਤੱਕ ਸਮਾਜ ਭਲਾਈ ਵਿਭਾਗ ਦੇ ਵਿੱਚ ਆ ਪ੍ਰਮੁੱਖ 77 ਦੀ ਨਿਯੁਗਤੀ ਕਰਨ ਵਿੱਚ ਪੰਜਾਬ ਸਰਕਾਰ ਅਸਫਲ ਰਹੀ ਹੈ ਤੇ ਜਿਸ ਕਾਰਨ ਸੰਸਥਾ ਮੰਨ ਹੁਣ ਵਾਲੀਆਂ ਅਦਾਇਗਾਂ ਰੁਕੀਆਂ ਪਈਆਂ ਹਨ। ਨਗਰ ਨਿਗਮਾਂ ਚੋਣਾਂ ਦੇ ਸਬੰਧੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਲੈ ਕੇ ਸਿਆਸੀ ਗਲਿਆਰੇ ਦੇ ਵਿੱਚ ਸ਼ੁਰੂ ਹੋਈ ਨਵੀਂ ਚਰਚਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪੰਜ ਨਗਰ ਨਗਮਾਂ ਦੀਆਂ ਚੋਣਾਂ ਦੇ ਕਰਵਾਉਣ ਨਾਲ ਸੰਬੰਧਿਤ ਨੋਟੀਫਿਕੇਸ਼ਨ ਜਾਰੀ ਕੀਤਾ। ਇਸਾ ਨੋਟੀਫਿਕੇਸ਼ਨ ਨੂੰ ਲੈ ਕੇ ਸਿਆਸੀ ਗਲਿਆਰਾਂ ਦੇ ਵਿੱਚ ਹਲਚਲ ਸ਼ੁਰੂ ਹੋ ਗਿਆ ਨੋਟੀਫਿਕੇਸ਼ਨ ਨੂੰ ਲੈ ਕੇ। ਸੁਭਾ ਸਰਕਾਰ ਤੇ ਉਂਗਲ ਚੁੱਕੀ ਜਾਣ ਲੱਗ ਪਈ ਆ ਤੇ ਇਸ ਨੂੰ ਚੋਣਾਂ ਪ੍ਰਕਿਰਿਆ ਦੇ ਅੰਧ ਵਿੱਚ ਸ਼ੁਰੂ ਦੀ ਕਾਰਵਾਈ ਦੱਸਿਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਇੱਕ ਬਾਰ ਫੇਰਾ ਯੂ ਟਰਨ ਲੈਣ ਦੀਆਂ ਕਿਸ ਅਰਾਈਆਂ ਲਗਾਈਆਂ ਜਾਣ ਲੱਗ ਪਈਆਂ ਹਨ ਤੇ ਪੰਜਾਬ ਸਰਕਾਰ ਦੇ ਬੋਲੋ ਕੱਲ ਅਚਾਨਕ ਹੀ ਪੰਜਾਬ ਦੇ ਪੰਜ ਸ਼ਹਿਰਾਂ ਅਮਰਤਸਰ ਜਲੰਧਰ ਲੁਧਿਆਣਾ ਪਟਿਆਲਾ ਅਤੇ ਫਗਵਾੜਾ ਨਗਰ ਨਗਮਾ ਚੂਣਾ 15 ਨਵੰਬਰ ਤੋਂ ਪਹਿਲਾ ਕਰਬੋਨਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਐਸ ਨੋਟੀਫਿਕੇਸ਼ਨ ਨੂੰ ਲੈ ਕੇ ਸਿਆਸੀ ਗਲਿਆਰੇ ਦੇ ਵਿੱਚ ਵਕ-ਵਕ ਚਰਚਾ ਸ਼ੁਰੂ ਹੋ ਗਿਆ ਕਿਸੇ ਬੋਲੋ ਪੰਜਾਬ ਸਰਕਾਰ ਤੇ ਚੋਰ ਮੋਰੀ ਅਪਣਾਉਣਾ ਤੇ ਕੁਝ ਬੋਲੋ ਨੋਟੀਫਿਕੇਸ਼ਨ ਅੱਧ ਵਿੱਚ ਕਰ ਸ਼ੁਰੂ ਕੀਤੀ ਜਾਣ ਦੀ ਬਾਲੀ ਚੋਣ ਪ੍ਰਕਿਰਿਆ ਦੱਸਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਸਰਕਾਰ ਨੂੰ ਅਦਾਲਤ ਵਿੱਚ ਚੈਲੰਜ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਅਗਲੀ ਖਬਰ ਹੈ ਮੰਗਿਆ ਨੂੰ ਲੈ ਕੇ ਕੇਂਦਰ ਸਰਕਾਰ ਦਾ ਅਲਰਟ ਕਣਕ ਦੇ ਭੰਡਾਰ ਦੇ ਖੁੱਲ੍ਹੇ ਮੰਡੀ ਦੇ ਵਿੱਚ ਵਿਕਰੀ ਸ਼ੁਰੂ ਕੇਂਦਰ ਸਰਕਾਰ ਦੇਖਦੇ ਵਿੱਚ ਖੁਰਾਕੀ ਮਹਿੰਗਾਈ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਿਆ ਤੇ ਇਸ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲ ਲਗਾਤਾਰ ਕਈ ਵੱਡੇ ਕਦਮ ਚੁੱਕੇ ਜਾ ਰਹੇ ਹਨ ਇਸ ਦੇ ਨਾਲ ਹੀ ਤਿਹਾੜੀ ਸੀਜ਼ਨ ਦੌਰਾਨ ਮਹਿੰਗਾਈ ਵਧਣ ਦੀ ਸੰਭਾਵਨਾ ਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਦੀ ਮੁੱਦੇ ਸਰਕਾਰ ਨੇ ਨਮੀਆਂ ਜੋ ਨਮਾ ਬਣਾਇਆ ਹਨ ਜਾਣਕਾਰੀ ਦੇ ਅਨੁਸਾਰ ਕਣਕ ਦੇ ਸਟਾਕ ਨੂੰ ਖੁੱਲੀ ਮੰਡੀ ਦੇ ਵਿੱਚ ਆ ਵੇਚਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਦੱਸਿਆ ਜਾ ਰਿਹਾ ਕਿ ਤਿਹਾੜੀ ਸੀਜ਼ਨ ਤੋਂ ਪਹਿਲਾਂ ਕਣਕ ਦੀ ਕੀਮਤ ਨੂੰ ਕੰਟਰੋਲ ਕਰਨ ਦੇ ਲਈ ਇੱਕ ਕਦਮ ਚੁੱਕਿਆ ਗਿਆ ਹੈ। ਕੀਮਤਾਂ ਦੇ ਬੈਚ ਦਾ ਕੋਈ ਬਿਆਨ ਨਹੀਂ ਖੁਰਾਕ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਭਾਰਤੀ ਖੁਰਾਕ ਨਗਮ ਐਫਐਸਆਈ ਨੇ ਇਸ ਸਬੰਧੀ 23 ਸਾਲ ਦੇ ਵਿੱਚ ਆਪਣੇ ਸਟਾਕ ਦੇ ਵਿੱਚੋਂ 2.37 ਮਿਲੀਅਨ ਟਨ ਕਣਕਾਂ ਇਨਾਮੇ ਰਹੀ ਵੇਚੀ ਹੈ। ਦਰਅਸਲ ਪਿਛਲੇ ਕੁਝ ਸਮੇਂ ਤੋਂ ਕਣਕਾਂ ਕੀਮਤਾਂ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੇ ਅਤੇ ਐਫਐਸਆਈ ਦੇ ਵੱਲੋਂ ਵੇਚੀ ਗਈ ਕਣਕ ਦੀ ਮਾਤਰਾ ਵੀ ਪਰਸਤਾਵਤਾ ਮਾਤਰਾ ਤੋਂ 90% ਦੀ ਘਟਾ ਵੇਚੀ ਗਈ। ਇਹਦਾ ਮਤਲਬ ਆ ਇਹ ਹੈ ਕਿ ਦੇਹ ਦੇ ਵਿੱਚ ਆ ਕਣਕ ਦਾ ਵੱਡਾ ਭੰਡਾਰ ਤੇ ਜੇਕਰ ਕੀਮਤ ਪਹਿਲਾਂ ਤੋਂ ਹੀ ਕੰਟਰੋਲ ਆ ਕਰ ਲਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਕਣਕ ਅਤੇ ਆਟੇ ਦੀਆਂ ਕੀਮਤਾਂ ਦੇ ਵਿੱਚ ਆ ਕੋਈ ਵਾਧਾ ਨਹੀਂ ਹੋਵੇਗਾ। ਸਰਪਾ 50000 ਰੁਪਏ ਤੇ ਸਹਾਇਤਾ ਸਰਕਾਰੀ ਸਹਾਇਤਾ ਦੇ ਨਾਲ ਆਪਣਾ ਕੁਲੜ ਦਾ ਕਾਰੋਬਾਰ ਕਰੋ ਸ਼ੁਰੂ। ਬਹੁਤ ਸਾਰੇ ਲੋਕ ਸਿੰਗਲ ਯੂਜ਼ ਆ ਪਲਾਸਟਿਕ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਸਨ ਤੇ ਹੁਣ ਇਸ ਤੇ ਪੂਰੇ ਤਰ੍ਹਾਂ ਪਾਬੰਦੀ ਲਗਾਰ ਦਿੱਤੀ ਗਿਆ ਹੈ ਦੇ ਲਈ ਇਸ ਦੇ ਹੋਰ ਆ ਬਦਲਾਂ ਦੀ ਭਾਲ ਤੇ ਜਿੱਦ ਨਾਲ ਸ਼ੁਰੂ ਹੋ ਗਈ ਹੈ ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਅਜਿਹੇ ਕਾਰੋਬਾਰੀ ਆਈਡੀਆ ਦੇ ਰਿਆਂ ਜਦ ਵਿੱਚ ਖਰਚਾ ਵੀ ਬਹੁਤ ਘੱਟ ਹੋਵੇਗਾ ਤੇ ਬੰਪਰ ਕਮਾਈ ਦੀ ਪੂਰੀ ਸੰਭਾਵਨਾ ਹੈ ਇਹ ਸਿੰਗਲ ਯੂਜ਼ ਆ ਪਲਾਸਟਿਕ ਦਾ ਸਭ ਤੋਂ ਵੱਡਾ ਬਦਲਾ ਹੈ ਜੋ ਕਿ ਉੱਭਰ ਸਕਦਾ ਹੈ ਅਸੀਂ ਕੁਲੜ ਬਣਾਉਣ ਦੇ ਕਾਰੋਬਾਰ ਦੀ ਗੱਲ ਕਰਿਆਂ ਤੇ ਇਹ ਕਾਰੋਬਾਰ 50000 ਰੁਪਏ ਦਾ ਨਿਵੇਸ਼ ਕਰਕੇ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਨੂੰ ਸ਼ੁਰੂ ਕਰਨ ਦੇ ਲਈ ਮੋਦੀ ਸਰਕਾਰ ਵੱਤੇ ਸਹਾਇਤਾ ਵੀ ਦੇ ਰਹੀ ਆ ਤੇ ਹਰ ਗੱਲੇ ਮੁਹੱਲੇ ਤੇ ਕੁੱਲੜ ਚਾਹ ਦੀ ਮੰਗ ਹੈ ਤੇ ਅਜਿਹੇ ਦੇ ਵਿੱਚ ਤੁਸੀਂ ਕੁੱਲੜ ਬਣਾਉਣ ਅਤੇ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਸਿੰਗਲ ਯੂਜ਼ਾ ਪਲਾਸਟਿਕ ਤੇ ਪਾਬੰਦੀ ਕਾਰਨ ਜਲਦੀ ਰੇਲਵੇ ਸਟੇਸ਼ਨਾਂ ਬੱਸ ਡੀਪੂਆਂ ਹਵਾਈ ਅੱਡਿਆਂ ਤੇ ਮੋਲਾਂ ਦੇ ਕੁੱਲੜ ਦੀ ਮੰਗ ਵਾਹ ਸਕਦੇ ਆ ਤੇ ਇਸ ਦੇ ਲਈ ਸਰਕਾਰ ਕੇਂਦਰ ਦੀ ਸਰਕਾਰ ਦੇ ਵੱਲ 50000 ਰੁਪਏ ਦੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਬਹਿਸ ਵਿੱਚ ਨਹੀਂ ਲਵਾਂਗੇ ਹਿੱਸਾ ਭਗਵੰਤ ਮਾਨ ਡਰਾਮਾ ਰਚ ਰਹੇ ਹਨ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਕਹਿ ਕੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਆਪਣੇ ਆਕਾ ਆਪ ਦੇ ਕਨਵੀਨਰ ਅਰਵਿੰਦਾ ਕੇਰਵਾਲ ਦੇ ਹੁਕਮਾਂ ਤੇ ਪੰਜਾਬੀਆਂ ਨੂੰ ਵੰਡਣ ਵਾਸਤੇ 1 ਨਵੰਬਰ ਨੂੰ ਬਹਿਸ ਦਾ ਡਰਾਮਾ ਕਰ ਰਹੇ ਹਾਂ ਤੇ ਪਾਰਟੀ ਇਹ ਸਪੰਜਾਬ ਵਿਰੋਧੀ ਕਾਰਜ ਦੇ ਵਿੱਚ ਹਿੱਸਾ ਨਹੀਂ ਲਵੇਗੀ। ਇੱਥੇ ਜਾਰੀ ਕੀਤਾ ਗਿਆ ਇੱਕਾ ਬਿਆਨ ਦੇ ਵਿੱਚ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਨ ਕਹਿ ਕੇ ਸਾਨੂੰ ਪਤਾ ਲੱਗਾ ਕਿ ਕੇਂਦਰੀ ਸਰਵੇਖਣ ਟੀਮਾਂ ਦੇ 1 ਨਵੰਬਰ ਨੂੰ ਪੰਜਾਬ ਪਹੁੰਚਣ ਦੇ ਅਸਾਰਾਂ ਤੇ ਸਾਡਾ ਪੂਰਾ ਧਿਆਨ ਇਹ ਯਕੀਨੀ ਬਣਾਉਣ ਤੇ ਰਹੇਗਾ ਕਿ ਇਹ ਟੀਮਾਂ ਪੰਜਾਬ ਦੀ ਧਰਤੀ ਤੇ ਕੋਈ ਸਰਵੇਖਣ ਨਾ ਕਰਨ ਇਸ ਲਈ ਅਸੀਂ ਸਤਲਜ ਜਾਂ ਯਮਨਾ ਲੈਂਕਸ ਬਾਈ ਵਾਲਾ ਨਹਿਰ ਦੇ ਉਸਾਰੀ ਵਾਸਤੇ ਸਰਵੇਖਣ ਨਹੀਂ ਹੁਣ ਦੇਵਾਂਗੇ ਅਤੇ ਇਸ ਦੇ ਲਈ ਸ਼੍ਰੀ ਕੀਰਤਪੁਰ ਸਾਹਿਬ ਨੇੜੇ ਲੂੰਡਾ ਖੜ ਤੇ ਨਹਿਰ ਤੇ ਪੰਜਾਬ ਦੇ ਵਿੱਚ ਆਖਰੀ ਪੁਆਇੰਟ ਪਟਿਆਲਾ ਜ਼ਿਲ੍ਹੇ ਦੇ ਕਪੂਰੀ ਦੇ ਬਚਾਰੋ 77 ਦੇ ਵਿੱਚ ਤੇ ਅਕਾਲ ਦਾਨ ਕਹਿ ਕੇ ਭਗਵੰਤ ਮਾਨ ਨੇ ਉਸੇ ਤਰੀਕੇ ਪੰਜਾਬ ਦੇ ਹਿੱਤਾਂ ਦੇ ਨਾਲ ਧੋਖਾ ਕੀਤਾ ਜਿਵੇਂ ਸਾਬਕਾ ਮੁੱਖ ਮੰਤਰੀ ਸ਼੍ਰੀ ਦਰਬਾਰਾ ਸਿੰਘ ਨੇ ਕੀਤਾ ਸੀ ਤੇ ਇੰਦਰਾ ਗਾਂਧੀ ਦੇ ਦਬਾਅ ਦੇ ਅੱਗੇ ਝੁਕਦਿਆ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਤੇ ਐਸਬੀਐਲ ਨਹਿਰ ਦੀ ਉਹ ਸਾਰੀ ਕਰਨ ਦੇ ਲਈ ਸਹਿਮਤੀ ਦਿੱਤੀ ਸੀ ਹਾਈ ਕੋਰਟ ਦੇ ਵੱਲੋਂ ਪਾਈ ਝਾੜ ਮਗਰੋਂ ਤੁਰੰਤ ਅਸਤੀਫਾ ਦੇਣ ਭਗਵੰਤ ਮਾਨ ਸੁਖਵੀਰ ਬਾਦਲ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘਾ ਬਾਦਲ ਨੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਸੁਭਿਦ ਬੈਚ ਨਸ਼ਾ ਤਸਕਰੀ ਦੇ ਵਿੱਚ ਚੋਖੇ ਬਾਦਲੇ ਜ਼ਿੰਮੇਵਾਰ ਠਹਿਰਾਇਆ ਤੇ ਹਾਈ ਕੋਰਟ ਦੇ ਵੱਲੋਂ ਇਹ ਸਬਰਾਈ ਤੇ ਕਾਬੂ ਪਾਉਣ ਦੇ ਵਿੱਚ ਸਫਲ ਰਹਿਣ ਦੇ ਕਾਰਨ ਪਾਈ ਝਾੜ ਮਗਰੋਂ ਉਹਨਾਂ ਦਾ ਅਸਤੀਫਾ ਮੰਗਿਆ ਆ ਅਕਾਲੀ ਦਲ ਦੇ ਪ੍ਰਧਾਨ ਕਹਿ ਕੇ ਹਾਈ ਕੋਰਟ ਨੇ ਕਾਲ ਨਸ਼ਾ ਤਸਕਰੀ ਮੰਤਰੀ ਬੈਚ ਜੋ ਝੜ ਪਈ ਹੈ ਤੇ ਉਸ ਤੋਂ ਸਪਸ਼ਟ ਹੈ ਕਿ ਆਪ ਦੇ ਮੰਤਰੀ ਅਤੇ ਵਿਧਾਇਕ ਨਾ ਸਿਰਫ ਨਸ਼ਾ ਤਸਕਰੀ ਦੀ ਪੋਸ਼ ਤਪਨਾਈ ਕਰ ਰਹੇ ਹੰਤੇ ਬਲਕਿ ਸਰਗਰਮੀ ਦੇ ਨਾਲ ਰਾਜ ਦੇ ਪੁਲਿਸ ਅਨੁਬੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਵੀ ਰੋਕ ਰਹੇ ਹੰਤੇ ਉਹਨਾਂ ਕਿਹਾ ਹੈ ਕਿ ਬਜਾਏ ਕਿ ਇਸ ਬੈਚ ਆ ਕੇ ਸੇ ਆਪ ਸਾਨੂੰ ਬਲੀ ਦਾ ਬੱਕਰਾ ਬਣਾਉਣ ਦੇ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰੀ ਲੈ ਕੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਤੇ ਸੁਖਬੀਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਕਹਿ ਕੇ ਇਹ ਰਬਈਆ ਸਰਪਾ ਨਸ਼ਾ ਤੱਕ ਸੀਮਤ ਨਹੀਂ ਆਪ ਸਰਕਾਰ ਰੇਤ ਮਾਫੀਆ ਦੀ ਪਛਤਾ ਪਨਾਹੀ ਵੀ ਕਰ ਰਹੀ ਹੈ ਐਨ ਆਰ ਆਈ ਪੰਜਾਬੀਆਂ ਦੇ ਮਸਲੇ ਹੱਲ ਕਰੇਗੀ ਮਾਨ ਸਰਕਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਨਾ ਤਰੀਕਾ ਨੂੰ ਹੋਵੇਗਾ ਮਿਲਣੀ ਪ੍ਰੋਗਰਾਮ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਨੂੰ ਛੇਤੇ ਅਤੇ ਤਸਲੀਬਾਖਸ ਢੰਗ ਦੇ ਨਾਲ ਨਜੱਟਣ ਦੇ ਲਈ ਐਨ ਆਰ ਆਈ ਪੰਜਾਬੀਆਂ ਦੇ ਨਾਲ ਮਿਲਣੀ ਨਾਮਕ ਪੰਜ ਪ੍ਰੋਗਰਾਮਾਂ ਦਾ ਆਯੋਜਨ ਕਰੇਗੇ ਤੇ ਇਹ ਮਿਲਣੀ ਪ੍ਰੋਗਰਾਮ ਹਿਆਰਪੁਰ ਬਠਿੰਡਾ ਪਟਿਆਲਾ ਜਗਰਾਉ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਖੇ ਕਰਮਬਾਰ 15 18 19 22 ਅਤੇ 29 ਦਸੰਬਰ ਨੂੰ ਕਰਵਾਏ ਜਾਣਗੇ